सीसीटीवी तस्वीरां ए तुक सही साबित कर रही ने कि महिलावां किसी भी मामले चो मर्दां नालों घट नहीं। आए दिन शरारती अंसरां वल्लों सूबे चो चोरी दियां वारदातां नूं अंजाम दिता जांदा है ते हुण महिलावां ने भी अपनी कमर कसी हुई है। ये तस्वीरां पटियाला दियां ने जिथे खालसा मोहल्ला च दुकान दा शटर तोड़ के चोरी करन दा मामला सामने आया है। जानकारी मुताबक दुकान मालक इंद्रप्रीत सिंह दा कहना है कि होलसेल रेडीमेड कपड़िया दा काम करदा है ते अज तड़के कूड़ा इकट्ठा करन वालियां महिलावां वल्लों दुकान दा शटर तोड़ के इस वारदात नूं अंजाम दिता गया ते पीड़ित दा कहना है कि शटर तोड़ के 1.25 लाख दे करीब रेडीमेड कपड़े ते 45,000 दे करीब नकदी लै के महिलावां मौके तो फरार हो गईयां। ਸਵੇਰੇ 5 ਵਜੇ ਨਾਲ ਕੋਈ ਢਈਆਂ ਹੀ 10 ਕ ਉਹਨਾਂ ਨੇ ਇੱਕ ਸ਼ਟਰ ਤੋਂ ਚੱਕਿਆ ਜੀ ਇੱਥੋਂ, ਬਾਕੀ ਸਮਾਨ ਸਾਰਾ ਕੱਢ ਲਿਆ। ਮਹਿੰਗਾ ਮਾਲ ਜੀ ਆਈਟਮ ਕੱਢੀਆਂ ਗਈਆਂ ਜੀ, ਸੂਟ ਬੱਚੇ ਦਾ ਮਹਿੰਗਾ 1.25 ਲੱਖ ਰੁਪਏ ਦਾ ਮਾਲ ਕੱਢਿਆ ਗਿਆ ਜੀ। 45,000 ਦਾ ਕੈਸ਼ ਪਿਆ ਸੀ ਉਹ ਕੱਢਿਆ ਗਿਆ ਹੈ। ਉਹਨਾਂ ਦੀ ਮੂਵੀ ਆ ਗਈ ਹੈ ਜੀ ਅਤੇ ਤਾਂ ਉਹਨਾਂ ਦੀ ਵਾਰੀ ਹੋਈ ਹੈ। ਰਿਪੋਰਟ ਕੱਚੀ ਹਲੇ ਲਿਖੀ ਗਈ ਹੈ, ਕੱਲ੍ਹ ਸਾਡੀ ਪੱਖੀ ਲਿਖੀ ਜਾਏਗੀ। ਅੱਜ ਕਿਸ ਤਰ੍ਹਾਂ ਦੀ ਕਾਰਵਾਈ ਚੱਲ ਰਹੀ? ਅਸੀਂ ਕਾਰਵਾਈ ਚਾਹੁੰਦੇ ਬੰਦੇ ਪਕੜੇ ਜਾਣ, ਅੱਜ ਸਾਡੇ ਨਾਲ ਹੋਇਆ ਕੱਲ੍ਹ ਕਿਸੇ ਹੋਰ ਨਾਲ ਵੀ ਨਾ ਹੋਵੇ। ਠੀਕ ਹੈ, ਅਸੀਂ ਇਹੀ ਚਾਹੁੰਦੇ ਹਾਂ। ਬਸ ਸਾਨੂੰ ਉਹ ਗੱਲ ਨਹੀਂ ਹੈ, ਸਾਡਾ ਮਾਲ ਆਉਂਦਾ ਠੀਕ ਹੈ ਬਾਬਾ ਮਿਲੇ, ਅਸੀਂ ਇਹ ਕਹਿੰਦੇ ਕੱਲ੍ਹ ਕਿਸੇ ਹੋਰ ਨਾਲ ਕਿਸੇ ਬੁੱਕ ਲੈਂਦੇ ਆ ਤੇ ਅਸੀਂ ਚਲੋ ਫੇਰੀਆਂ ਕਰਦੇ ਹਾਂ ਜਿਹੜੀਆਂ। ਠੀਕ ਹੈ ਜੀ, ਸਿਰ ਉਹਨਾਂ ਦੀ ਮੂਵੀਆਂ ਵੀ ਹਜ਼ਾਰ ਰੁਪਏ ਦੀ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜਿੱਥੇ ਚੋਰੀ ਹੋਈ ਹੈ ਉਹ ਡਿਪਟੀ ਸੀਨੀਅਰ ਜੋਗਿੰਦਰ ਜੋਗੀ ਦੇ ਘਰ ਦੇ ਬਿਲਕੁਲ ਨੇੜੇ ਹੈ। ਪਰ ਇੱਥੇ ਸਵਾਲ ਇਹ ਆਣ ਖੜਾ ਹੁੰਦਾ ਹੈ ਕਿ ਆਖਿਰ ਸਾਡੀ ਖਾਕੀ ਵਰਦੀ ਹੈ ਕਿੱਥੇ, ਜਿਸ ਦੇ ਨੱਕ ਥੱਲਿਓ ਚੋਰੀ ਕਰਕੇ ਚੋਰ ਫਰਾਰ ਹੋ ਜਾਂਦੇ ਨੇ ਤੇ ਖਾਕੀ ਵਰਦੀ ਹੱਥ ਮਲਦੀ ਬਸ ਰਹਿ ਜਾਂਦੀ ਹੈ। ਨਿਊਜ਼ ਡੈਸਕ ਰਿਪੋਰਟ, ਵਰਲਡ ਪੰਜਾਬੀ ਟੀਵੀ।